ਸਾਰੇ ਨੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਫਾਈਨਲੀ ਦਾ ਡੇ ਹੈਜ਼ ਕਮ ਜਿੱਦੇ ਆਪਾਂ ਗੱਡੀ ਲੈ ਕੇ ਆਵਾਂਗੇ ਹੋਪਫੁਲੀ, ਕਿਉਂਕਿ ਜਦੋਂ ਅਸੀਂ ਪਿਛਲੀ ਵਾਰ ਗੱਡੀ ਲੈਣ ਗਏ ਸੀ ਉਦੋਂ ਸ਼ਰਚਨ ਆ ਗਈਆਂ ਸੀਗੀ, ਅੱਜ ਵੀ ਆ ਸਕਦੀਆਂ ਨੇ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਦੋ ਤਿੰਨ ਦਿਨ ਬਾਅਦ ਆਇਓ, ਪਰ ਅਸੀਂ ਕਾਹਲੀ ਮਚਾਤੀ ਸੀ ਕਿ ਨਹੀਂ ਅੱਜ ਹੀ ਅੱਜ ਹੀ, ਉਹ ਕਹਿੰਦੇ ਚਲੋ ਦੇਖ ਲੈਂਦੇ ਹਾਂ, ਟਰਾਈ ਕਰ ਲੈਂਦੇ ਹਾਂ। ਬਹੁਤ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ, ਕੋਈ ਕਹਿੰਦੇ ਉਹਨਾਂ ਨੇ ਗੱਡੀ ਲੈਣੀ ਨਹੀਂ, ਐਂ ਕਰਦੇ ਕਰਦੇ ਅੱਜ ਤੁਹਾਡੇ ਮੂਹਰੇ ਆਪਾਂ ਖੜਾ ਦੇਣੀ ਹੋਪਫੁਲੀ ਆਜੂਗੀ ਸੂਨ ਕਮਿੰਗ ਸੂਨ। ਡਾਕੂਮੈਂਟਸ ਜਿਹੜੇ ਚਾਹੀਦੇ ਗੱਡੀ ਵਾਸਤੇ ਉਹ ਆਪਾਂ ਸਾਰਾ ਕੁਛ ਚੱਕ ਲਿਆ ਜੀ, ਐਵਰੀ ਸਿੰਗਲ ਥਿੰਗ, ਅਤੇ ਹੁਣ ਬਸ ਇੱਕੇ ਪ੍ਰੋਬਲਮ ਆ ਕਿ ਆਪਾਂ ਨੂੰ ਗੱਡੀ ਵਾਪਸ ਚਲਾ ਕੇ ਵੀ ਲਿਆਉਣੀ ਪੈਣੀ ਆ, ਕਿਉਂਕਿ ਅਸੀਂ ਜਾਣਾ ਤਾਂ ਉਹ ਵੀਰੇ ਨਾਲ ਹੀ ਆ ਉਹਨਾਂ ਨੇ, ਬਟ ਆਉਂਦੇ ਹੋਏ ਫਿਰ ਅਸੀਂ ਦੋਨੇ ਨਵੀਂ ਗੱਡੀ ਚਾਹਵਾਂਗੇ, ਉਹ ਦੂਜੀ ਗੱਡੀ ਚਾਹੁੰਗੇ, ਅਤੇ ਅਸੀਂ ਦੋਨਾਂ ਨੇ ਇੰਡੀਆ ਦੇ ਵਿੱਚ ਕਦੇ ਗੱਡੀ ਚਲਾਈ ਨਹੀਂ ਹੈਗੀ, ਮੋਟਰਸਾਈਕਲ ਫਿਰ ਓਬਵੀਅਸਲੀ ਸਾਰਾ ਕੁਛ ਚਲਾਇਆ, ਪਰ ਇੰਡੀਆ ਦੇ ਵਿੱਚ ਕਦੇ ਗੱਡੀ ਨਹੀਂ ਚਲਾਈ ਹੈਗੀ, ਅਤੇ ਉਹਦੇ ਕੋਈ ਲੇਨ ਦੇ ਵਿੱਚ ਨਹੀਂ ਚਲਾਉਂਦਾ, ਮੋਸਟਲੀ ਲੋਕ ਜਿਹੜੀ ਸੈਂਟਰ ਵਾਲਾ ਹੁੰਦਾ ਲੇਨ, ਜਿਹੜਾ ਡਿਵਾਈਡਰ ਹੁੰਦਾ ਲੇਨ ਡਿਵਾਈਡ ਕਰਕੇ ਚੱਲਦੇ ਆ, ਉਹਦੇ ਸੈਂਟਰ ਚੱਲਦੇ ਆ, ਕਹਿੰਦੇ ਇਹ ਲੈਨ ਤਾਂ ਬਣੀ ਹੈ, ਸੈਂਟਰ 'ਚ ਨੰਬਰ ਪਲੇਟ ਰੱਖੇ ਜਾਂਦਾ, ਫਿਰ ਦੂਜੀ ਗੱਲ ਜਦ ਇੱਕ ਓਵਰਟੇਕ ਕਰਦੇ ਆ ਜਿਵੇਂ ਬਾਹਰ ਤੋਂ ਥੋੜ੍ਹਾ ਅੱਗੇ ਜਾ ਕੇ ਕਰਦੇ ਆ, ਉਹ ਬਸ ਕਦਮ ਐਂ ਨਾਲ ਹੀ ਕਰਦੇ, ਐਂ ਨਾਲ ਹੀ ਕਰਦੇ, ਉਹ ਇੰਨਾ ਡਰ ਲੱਗਦਾ ਹੁੰਦਾ ਵੀ, ਪਰ ਆਪਣੇ ਦੇਸ਼ 'ਚ ਐਂ ਚੱਲਦਾ ਵਾ ਕੰਮ, ਸੋ ਜਿਹੜੀ ਕਹਾਵਤ ਤੁਹਾਨੂੰ ਰਵੀ ਨੇ ਗੱਲ ਸੁਣਾਈ ਹੈ, ਕਿਹੜਾ ਰਵੀ ਨੇ ਬਣਾ ਕੇ ਸੁਣਾਈ ਹੈ, ਚੱਲੀ ਹੋਈ ਹੈ ਉਹਨੇ ਕਿਤੇ ਸੁਣੀ ਹੋਣੀ ਆ ਤੁਹਾਨੂੰ ਸੁਣਾਤੀ, ਪਰ ਹੁਣ ਤਾਂ ਕੀ ਕੁੜੀਆਂ ਸਾਰਾ ਕੁਝ ਚਲਾਈ ਫਿਰਦੀਆਂ, ਦੱਬੀ ਫਿਰਦੀਆਂ, ਫਾਰਮੂਲਾ ਬੰਨਦੀਆਂ ਡਰਾਈਵਰ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀਰੇ, ਆਪਾਂ ਬਸ ਵੀਰੇ ਦੀ ਵੇਟ ਕਰ ਰਹੇ ਹਾਂ ਜੀ, ਫੁੱਲੀ ਐਕਸਾਈਟਡ ਹਾਂ, ਰਵੀ ਵੀ ਆ ਗਿਆ, ਸ਼ੂਸ਼ਾ ਪਾਉਂਦੇ ਹਾਂ, ਬਸ ਵੀਰੇ ਦੀ ਵੇਟ ਆ, ਚਲੋ ਜੀ ਬੈਠੀਏ ਆਪਾਂ ਗੱਡੀ ਦੇ ਵਿੱਚ, ਵੀਰ ਆ ਗਿਆ। ਜਿਵੇਂ ਤੁਸੀਂ ਹੁਣ ਇੱਕ ਗੱਲ ਜੀ ਸੁਣੀ ਹੋਣੀ ਆ, ਅਤੇ ਇੱਕ ਕੁੜੀ ਗੱਡੀ ਡਰਾਈਵ ਕਰਨਾ ਸਿੱਖਦੀ ਹੁੰਦੀ, ਉਹਦਾ ਇੰਸਟਰਕਟਰ ਇੱਧਰਲੇ ਪਾਸੇ ਬੈਠਾ ਹੁੰਦਾ, ਇੰਸਟਰਕਟਰ ਕੁੜੀ ਨੂੰ ਕਹਿੰਦਾ ਵੀ ਤੂੰ ਗੱਡੀ ਚਲਾਉਂਦੀ ਜਾ ਰਹੀ ਆ, ਇੱਧਰਲੇ ਪਾਸੇ ਤੇਰਾ ਮੰਨ ਲਾ ਵੀ ਘਰ ਵਾਲਾ ਆ ਜਾਵੇ, ਇੱਧਰਲੇ ਪਾਸੇ ਆ ਜਾਵੇ ਤੇਰਾ ਭਾਈ, ਤੂੰ ਕੀ ਮਾਰੇਂਗੀ? ਉਹ ਸੋਚ ਕੇ ਜੀ ਕਹਿੰਦੀ ਮੈਂ ਘਰ ਵਾਲਾ ਮਾਰੂੰਗੀ, ਉਹ ਕਹਿੰਦਾ ਨਹੀਂ ਕਮਲੀਏ, ਤੂੰ ਗੱਡੀ ਦਾ ਬ੍ਰੇਕ ਮਾਰੇਂਗੀ। ਸੋ ਇਹ ਤਾਂ ਹਾਸੇ ਹੁੱਸੇ ਵਾਲੀਆਂ ਗੱਲਾਂ ਬਣੀਆਂ ਹੋਈਆਂ ਨੇ ਜੀ, ਅਤੇ ਆਪਾਂ ਨਿਕਲ ਚੁੱਲੇ ਹਾਂ ਜੀ, ਅਸੀਂ ਹੁਣ ਫਤਿਹਗੜ੍ਹ ਸਾਹਿਬ ਖੜ੍ਹੇ ਹਾਂ, ਕੰਮ ਸੀਗਾ ਵੀਰੇ ਨੂੰ ਮਾੜਾ ਜਿਹਾ, ਜੇ ਤੋਂ ਬਾਅਦ ਚੱਲਾਂਗੇ ਆਪਾਂ ਫਿਰ ਚੰਡੀਗੜ੍ਹ। ਹੁਣ ਆਪਾਂ ਸ਼ੋਰੂਮ 'ਚ ਬੈਠੇ ਹਾਂ ਜੀ, ਬਸ ਗੱਡੀ ਦੀ ਵੇਟ ਕਰ ਰਹੇ ਹਾਂ, ਅਤੇ ਕਾਗਜ਼ੀ ਕਾਰਵਾਈ ਸਾਰੀ ਚੱਲ ਰਹੀ ਆ, ਅਤੇ ਇੱਧਰ ਬਰਾੜ ਸਾਹਿਬ ਇਹ ਵੀ ਆਰਾਮ ਨਾਲ ਬੈਠੇ ਆ, ਇਹ ਸਾਡੀ ਤੀਜੀ ਚੌਥੀ ਕਾਫੀ ਹੋ ਜਾਣੀ ਆ ਬਰਾੜ ਸਾਹਿਬ। ਇੰਸ਼ੋਰੈਂਸ ਵੀ ਹੋ ਗਈ ਆਲਮੋਸਟ, ਕੰਮ ਸਾਰੇ ਹੋ ਚੁੱਕੇ, ਬ੍ਰੇਕ ਦੱਬ ਕੇ ਕੰਮ ਹੋਣੀ ਆ ਸਰ, ਆਹ ਰਿਵਰਸ ਇਹਨੂੰ ਪ੍ਰੈਸ ਕਰੂੰਗੇ ਤਾਂ ਰਿਵਰਸ ਜਾਣੀ ਆ ਸਰ, ਇਹਨੇ ਠੀਕ ਹੈ, ਨਹੀਂ ਤਾਂ ਨਹੀਂ ਜਾਣੀ, ਦੇਖੋ ਜਿੰਨਾ ਵਜੇ ਜ਼ੋਰ ਲਾਓ ਨਹੀਂ ਜਾਣੀ, ਇਹਨੂੰ ਪ੍ਰੈਸ ਕਰੂੰਗੇ ਇਹ ਰਿਵਰਸ, ਫਿਰ ਨਿਊਟਰਲ, ਫਿਰ ਤੁਸੀਂ ਜਿੱਦਾਂ ਮਰਜ਼ੀ ਕਰ ਸਕਦੇ, ਨਿਊਟਰਲ ਡਰਾਈਵ ਜਿੱਦਾਂ ਮਰਜ਼ੀ, ਆਹ ਡਰਾਈਵ ਮੋਡ 'ਤੇ ਆ ਸਰ, ਇਸ ਪਾਸੇ ਕਰੂੰਗੇ ਤਾਂ ਪਲੱਸ, ਸਪੀਡ ਵੱਧਦੀ, ਗੇਅਰ ਵੱਧਦੇ ਰਹੋਗੇ ਠੀਕ ਹੈ ਸਰ, ਥੱਲੇ ਕਰੂੰਗੇ ਤਾਂ ਮਾਈਨਸ ਹੁੰਦੇ ਰਹੋਗੇ, ਆਹ ਡਰਾਈਵ ਹੈ, ਆਹ ਨਿਊਟਰਲ, ਰਿਵਰਸ, ਆਹ ਪਾਰਕਿੰਗ ਸਰ, ਆਹ ਮੈਸੇਜ, ਵਟਸਐਪ ਮਿਊਜ਼ਿਕ ਤੁਸੀਂ ਚਲਾਉਣਾ ਠੀਕ ਹੈ ਸਰ, ਆਹ ਵਟਸਐਪ ਹੋ ਗਿਆ ਆਪਣਾ, ਜ਼ੂਮ ਹੋ ਗਿਆ ਸਰ, ਜਿੱਦਾਂ ਤੁਸੀਂ ਇਹਨੂੰ ਸਰ ਪ੍ਰੈਸ ਕਰੂੰਗੇ ਨਾ ਮਿਊਟ ਹੋ ਜਾਣਾ, ਇਹਨੇ ਕਾਲ ਤੁਹਾਡੀ ਇੱਦਾਂ ਨਾਲ ਹੀ ਪਿੱਕ ਹੋਣੀ ਸਰ, ਇੱਦਾਂ ਨਾਲ ਹੀ ਕਾਲ ਹੋਣੀ ਤੁਹਾਡੀ ਠੀਕ ਹੈ ਸਰ, ਆਹ ਦੇਖੋ ਸਪੋਰਟਸ ਹੋ ਗਿਆ, ਈਕੋ ਆ ਗਿਆ, ਨੋਰਮਲ ਆ ਗਿਆ ਸਰ, ਡਨ ਸਰ, ਫਿਰ ਜਿੱਦਾਂ ਟਰੈਕਸ਼ਨ ਕੰਟਰੋਲ ਆ, ਗ੍ਰਿਪ ਤੁਹਾਡੇ ਟਾਇਰਾਂ ਦੀ ਗ੍ਰਿਪ ਬਣੀ ਰਹਿਣੀ ਹੈ, ਇਹਨੂੰ ਪ੍ਰੈਸ ਕਰੂੰਗੇ, ਆਹ ਜਿੱਦਾਂ ਸਨੋ ਹੋ ਗਿਆ, ਮੱਡ ਹੋ ਗਿਆ, ਸੈਂਡ ਹੋ ਗਿਆ, ਜਿੱਦਾਂ ਤੁਸੀਂ ਏਰੀਏ 'ਤੇ ਜਾ ਰਹੇ ਹੋ ਉਹਦੇ ਨਾਲ ਤੁਸੀਂ ਅਕੋਰਡਿੰਗ ਕਰਨਾ, ਹਾਲੇ ਤੁਸੀਂ ਸੈਂਡ 'ਤੇ ਰੱਖਿਓ ਠੀਕ ਹੈ ਜਨਾਬ, ਆਹ ਤੁਹਾਡੇ ਚਾਰੋਂ ਇੰਡੀਕੇਟਰ ਨੇ ਐਮਰਜੈਂਸੀ ਵਾਲੇ, ਆਹ ਸਾਰਾ ਕੁਛ ਹੋ ਗਿਆ, ਫਿਰ ਆਹ ਤੁਸੀਂ ਜੇ ਰੇਡੀਓ ਚਲਾਉਣਾ ਇਹਦੇ ਨਾਲ ਰੇਡੀਓ ਚਲਾ ਲਓ ਤੁਸੀਂ, ਗੱਡੀ ਆਪਣੀ ਸ਼ੋਰੂਮ 'ਚੋਂ ਬਾਹਰ ਨਿਕਲ ਰਹੀ ਹੈ ਹੁਣ, ਲਓ ਜੀ ਆਪਣੀ ਗੱਡੀ ਦੇ ਉੱਤੇ ਦੇਖੋ, ਕੋਲੇ ਜਿਹਾ ਲਾਤਾ, ਕੋਲੇ ਜਿਹਾ ਲਾਤਾ, ਐਨ ਸੁਨੱਖੀ ਲੱਗ ਰਹੀ ਹੈ ਗੱਡੀ, ਫਾਸਟੈਗ ਵੀ ਲਾਤਾ, ਫਾਸਟੈਗ ਵੀ ਲੱਗ ਗਿਆ, ਕਿਵੇਂ ਲੱਗ ਰਹੀ ਹੈ ਬਰਾੜ ਸਾਹਿਬ ਗੱਡੀ? ਬਹੁਤ ਟੌਪ ਕਲਾਸ, ਟੌਪ ਕਲਾਸ, ਦੇਖੋ ਜੀ ਟੈਂਟਨ ਹੈ, ਹੁਣ ਮਾੜੀ ਇੱਕ ਦੋ ਐਕਸੈਸਰੀਆਂ ਸੀਗੀਆਂ ਉਹ ਲੋਡ ਕਰ ਰਹੇ ਨੇ, ਹੁਣ ਕਰਕੇ ਕੇਕ ਵੀ ਕਟਣਾ, ਬਰਾੜ ਸਾਹਿਬ ਦੇ ਕਟਾਉਣਾ ਸਰ, ਇਹ ਤੁਹਾਡੀ ਇੱਕ ਵੈਲਕਮ ਕਿੱਟ ਹੈ ਜੀ, ਉਹ ਠੀਕ ਹੈ, ਕੀਆ ਦਾ ਪੈਨ ਆ, ਡੈਸ਼ਬੋਰਡ ਮੈਟ ਹੈ, ਆਪਣੀ ਗੱਡੀ ਸਾਫ ਹੋ ਰਹੀ ਆ,
ਪੈਟਰੋਲ ਪਾਉਣਾ ਭੁੱਲ ਗਏ ਸੀ ਪੈਟਰੋਲ ਰੁਕ ਗਿਆ ਐਕਚੁਅਲੀ ਪੀਡੀਆਈ ਦੇ ਟੈਂਕ ਨਾ ਭਾਜੀ ਪੈਟਰੋਲ ਜਿਹੜਾ ਹੈਗਾ ਉਹ ਲਿਮਿਟਡ ਹੀ ਪਾਉਂਦੇ ਨੇ ਪਰ ਇਹ ਕਾਫੀ ਫੀਚਰ ਸਮਝਾਉਣ ਲੱਗੇ ਕਾਫੀ ਦੇਰ ਗੱਡੀ ਆਨ ਰਹੀ ਤੇ ਉਸ ਕਰਕੇ ਥੋੜਾ ਤੁਹਾਡਾ ਪੈਟਰੋਲ ਦਾ ਇਸ਼ੂ ਆ ਗਿਆ ਅਦਰਵਾਈਜ਼ ਤੁਹਾਨੂੰ ਪੈਟਰੋਲ ਦੀ ਇੱਕ ਸਲਿੱਪ ਵੀ ਆਪਾਂ ਦੇਤੀ ਹੈ ਠੀਕ ਹੈ ਹਾਂਜੀ ਇਹਨਾਂ ਨੇ ਆਪਾਂ ਨੂੰ ਪਛਾਣ ਲਿਆ ਸੀ ਇਹੀ ਨੇ ਜਿਹਨਾਂ ਨੇ ਪਛਾਣਿਆ ਹੋਰ ਨਹੀਂ ਕਿਸੇ ਨੇ ਪਛਾਣਿਆ ਇਹ ਅੱਜਕੱਲ੍ਹ ਮਾਸਕ ਔਨ ਹੁੰਦੇ ਰਹੇ ਨਾ ਤਾਂ ਥੋੜ੍ਹਾ ਜਿਹਾ ਮੈਂ ਭਾਈ ਦਾ ਚੈਨਲ ਆਲਰੇਡੀ ਸਬਸਕ੍ਰਾਈਬ ਕੀਤਾ ਹੋਇਆ ਠੀਕ ਹੈ ਥੈਂਕ ਯੂ ਵੀਰੇ ਥੈਂਕ ਯੂ ਤੇ ਜਿਹੜਾ ਉਹ ਬਾਈ ਆ ਉਹ ਆਪਾਂ ਨੂੰ ਸਾਰੇ ਗੱਡੀ ਦੇ ਫੀਚਰ ਸਮਝਾ ਰਿਹਾ ਆਪਾਂ ਗੱਡੀਆਂ ਦੇ ਵੀਰੇ ਰਿਵਿਊਜ਼ ਬਣਾਉਂਦੇ ਹਾਂ ਪਰ ਆਪਾਂ ਤੇਰਾ ਸੁਣ ਰਹੇ ਹਾਂ ਫੀਚਰ ਕੰਮ ਕੋਈ ਗੱਲ ਨਹੀਂ ਭਾਜੀ ਤੁਸੀਂ ਜਦੋਂ ਮਰਜ਼ੀ ਫੋਨ ਲਾ ਲਿਓ ਆਪਾਂ ਤੁਹਾਨੂੰ ਸਾਰੇ ਫੀਚਰ ਕਰਾ ਜਦੋਂ ਮਰਜ਼ੀ ਫੋਨ ਲਾ ਲਿਓ ਚੱਕਣਾ ਭਰਾਉਂਗੇ ਨਾ ਉਦੋਂ ਬਾਅਦ ਫਿਰ ਤੁਸੀਂ ਰੀਸੈਟ ਕਰ ਦਿਓ ਇਹਨੂੰ ਓਕੇ ਕਰੂੰਗੇ ਰੀਸੈਟ ਹੋ ਜਾਊਗਾ ਲੋ ਜੀ ਆਪਾਂ ਗੱਡੀ ਪਹਿਲੀ ਵਾਰ ਸਟਾਰਟ ਕਰਨ ਲੱਗੇ ਆ ਸਿਸਟਮ ਚੈੱਕ ਆ ਗਈ ਮੁਰੇ ਹੋ ਗਿਆ ਸਾਰਾ ਕੁਝ ਹੁਣ ਅਸੀਂ ਜਾਣਾ ਪੈਟਰੋਲ ਪੰਪ ਤੇ ਡਰ ਹੀ ਲੱਗਦਾ ਆਪਾਂ ਇਹਦੀਆਂ ਕਦੇ ਚਲਾਈ ਨਹੀਂ ਵੈਸੇ ਚੰਡੀਗੜ੍ਹ ਨੂੰ ਇਹ ਟਾਈਮ ਬੰਦ ਹੋ ਜਾਂਦਾ ਬਟ ਫਿਰ ਵੀ ਥੋੜਾ ਡਰ ਲੱਗਦਾ ਇੰਡੀਆ ਦੇ ਵਿੱਚ ਚਲਾਉਣ ਦਾ ਹੈਂਡ ਬ੍ਰੇਕ ਫਿਰ ਭੁੱਲ ਗਏ ਸੀ ਅਸੀਂ ਹਮੇਸ਼ਾ ਵੀ ਚੱਲ ਕੇ ਉਹਦੀ ਰਹੀ ਹੈਗੀ ਉਰੇ ਹੋਰ ਕਿਵੇਂ ਚੱਲਦੀ ਗੱਡੀ ਇੰਡੀਕੇਟਰ ਦੇ ਲਾ ਮੁੰਡਿਆ ਇੰਡੀਕੇਟਰ ਕਿਹੜਾ ਹੈ ਬਸ ਉਹ ਆਪਣੀ ਮੂਹਰੇ ਗੱਡੀ ਜਾਂਦੀ ਆ ਉਹਦੇ ਪਿੱਛੇ ਪਿੱਛੇ ਆਪਾਂ ਫੋਲੋ ਕਰਦੇ ਜਾਣਾ ਸਾਰੇ ਰਸਤੇ ਉਹਨਾਂ ਨੂੰ ਉਰੇ ਤੇ ਆਪਾਂ ਖੱਬੇ ਹੱਥ ਚੱਲਣਾ ਇਹ ਗੱਲ ਦਾ ਖਿਆਲ ਰੱਖਣਾ ਸੋ ਜੀ ਆਪਾਂ ਗੈਸ ਸਟੇਸ਼ਨ ਤੇ ਆ ਗਏ ਬਟ ਉਰੇ ਬਾਹਲੀ ਜ਼ਿਆਦਾ ਭੀੜ ਲੱਗੀ ਹੋਈ ਆ ਅਤੇ ਗੱਡੀ ਮੂਹਰੇ ਆਟੋ ਜਿਹੇ ਵਾਲੇ ਨੇ ਇੱਕ ਨੇ ਫਸਾ ਲਈ ਲਿਆ ਕੇ ਆਹ ਦੇਖੋ ਜਿਵੇਂ ਹਸਪਤਾਲ ਜਾਂਦਾ ਟੇਢਾ ਜਿਹਾ ਖਤਰਨਾਕ ਲੱਗਦਾ ਬੜਾ ਦੇਖਣਾ ਪੈਂਦਾ ਵੀ ਫੋਨ ਲੱਗੇ ਹਾਲੇ ਹਿਸਾਬ ਨਹੀਂ ਹੌਲੀ ਹੌਲੀ ਦੋ ਕੁ ਦਿਨ ਚਾਰ ਦਿਨ ਚਲਾ ਕੇ ਆਓ ਆਪਾਂ ਚਲਾਈ ਵੀ ਟ੍ਰੈਫਿਕ ਵਾਲੀ ਥਾਂ ਤੇ ਉਹਦਾ ਤੇਲ ਪਾਉਣਾ ਵੀ ਔਖਾ ਹੋ ਜਾਣਾ ਆਪਾਂ ਲਓ ਜੀ ਗੱਡੀ ਪਹਿਲੀ ਵਾਰੀ ਪੈਟਰੋਲ ਸਟੇਸ਼ਨ ਤੇ ਆਪਾਂ ਪੈਟਰੋਲ ਪੰਪ ਤੇ ਲਿਆਂਦੀ ਆ ਬਰਾੜ ਸਾਹਿਬ ਪ੍ਰਭਾਵ ਪਾਈ ਜਾਂਦੇ ਆ ਯਾਰ ਇੰਟੀਰੀਅਰ ਜਮਾਂ ਸਿਰ ਮਾਈ ਗਾਡ ਮਾਈਂਡ ਬਲੋਇੰਗ ਆਪਾਂ ਤਾਂ ਕੈਨੇਡਾ ਵਾਲੀ ਡਿਸਟੈਂਸ ਰੱਖ ਕੇ ਚੱਲ ਰਹੇ ਆ ਮੋਸਟਲੀ ਗੱਡੀ ਤੋਂ ਉਰੇ ਆਪਣੇ ਬਰਾੜ ਸਾਹਿਬ ਜਾ ਰਹੇ ਨੇ ਜੀ ਅਤੇ ਚੰਡੀਗੜ੍ਹ 'ਚ ਡਰਾਈਵ ਕਰਨਾ ਥੋੜ੍ਹਾ ਜਿਹਾ ਉਹ ਲੱਗਦਾ ਕਿਉਂਕਿ ਵੈਸੇ ਵੀ ਘੱਟ ਹੀ ਕੀਤਾ ਵਾ ਅਤੇ ਬਹੁਤ ਪਹਿਲਾਂ ਕੀਤਾ ਹੁਣ ਤਾਂ ਮੈਂ ਵੀ ਚੰਡੀਗੜ੍ਹ 6-6 ਮਹੀਨੇ ਲੱਗ ਗਿਆ ਹਾਂ ਨਿਕਲ ਜੀ ਬਸ ਚੰਡੀਗੜ੍ਹ 'ਚੋਂ ਫਿਰ ਥੋੜ੍ਹੀ ਜਿਹੀ ਟੱਕਰ ਦੇ ਹਾਂ ਗੱਡੀ ਦਬਾ ਲੈਂਦੇ ਹਾਂ ਪੂਰੀ ਜੋ ਕਹਿੰਦੇ ਹੁੰਦੇ ਨੇ ਖੋਲਦੇ ਹਾਂ ਫਿਰ ਗੱਡੀ ਖੋਲਦੇ ਹਾਂ ਹੁਣ ਤਾਂ ਖੋਲਦੇ ਇੱਕ ਮੇਰੀ ਗੱਡੀ ਨਾਲ ਹੋਏ ਤੇ ਇੰਡੀਕੇਟਰ ਸਟੀਅਰਿੰਗ ਵੀ ਸਾਰਾ ਦੂਜੇ ਸਾਈਡ 'ਤੇ ਇਸ ਕਰਕੇ ਬੜਾ ਭੁਲੇਖਾ ਜਿਹਾ ਬਣਦਾ ਮੈਂ ਦੇਣਾ ਸੀ ਇੰਡੀਕੇਟਰ ਵਾਈਪਰ ਹੀ ਜ਼ਿਆਦਾ ਤਾਂ ਮੈਂ ਅਗਲੇ ਨੇ ਕਹਿਣਾ ਸਿਖਰ ਦੇ ਦੁਪਹਿਰੇ ਵਾਈਪਰ ਚਲਾਈ ਫਿਰਦਾ ਬੜਾ ਕੁਛ ਸੁਣਿਆ ਇਹਨਾਂ ਨੇ ਜੀ ਗੱਡੀ ਨਹੀਂ ਲੈਣੀ ਇਹ ਨਹੀਂ ਲੈਣੀ ਉਹ ਨਹੀਂ ਲੈਣੀ ਲੈਣ 'ਚ ਖੜਾ ਲਿਆ ਹੁਣ ਜਿਹਨੇ ਗਿਆ ਸੀ ਕੱਲ੍ਹ ਵੀ ਇਹਨਾਂ ਨੇ ਪਹਿਲਾਂ ਕੀਆ ਲੈਣੀ ਸੀਗੀ ਕਮੈਂਟ ਦੇ ਵਿੱਚ ਹੁਣ ਤਾਂ ਕੀਆ ਨਹੀਂ ਲੈ ਰਹੇ ਐਂ ਕਰਦੇ ਲੈਣ 'ਚ ਖੜਾ ਲਏ ਪੱਤ ਕਰ ਲਏ ਗਰਮ ਵੱਟ ਵੱਟ ਕੰਨ ਤਾਂ ਲਾਵੇ ਇਹਨਾਂ 'ਤੇ ਪਖੰਡੀ ਲੋਕ ਕਿਹੋ ਜਿਹੇ ਨੇ ਗਿਰੇ ਹੋਏ ਲੋਕ ਨੇ ਇਹੋ ਜਿਹੇ ਜਿਹੜੇ ਅਤੇ ਬਾਕੀ ਜਿਹਨਾਂ ਨੇ ਕਾਂਗਰੈਟਸ ਕਿਹਾ ਤੁਹਾਨੂੰ ਸਾਰਿਆਂ ਨੂੰ ਜੀ ਸੋ ਮੱਚ ਥੈਂਕ ਯੂ ਅਤੇ ਆਪਾਂ ਵੀ ਸੋਚਿਆ ਨਹੀਂ ਸੀ ਇਸ ਵਾਰੀ ਜਦੋਂ ਲਾਈਕ ਇੰਡੀਆ ਆਏ ਸੀਗੇ ਵੀ ਗੱਡੀ ਲਵਾਂਗੇ ਜਾਂ ਕੁਛ ਇੱਦਾਂ ਪਰ ਪਲੈਨ ਬਣ ਗਿਆ ਜੀ ਆਪਣਾ ਅਤੇ ਲੈ ਲਈ ਵਾਹਿਗੁਰੂ ਦੀ ਮਿਹਰ ਸੀਗੀ ਜੀ ਸਾਰਾ ਕੁਛ ਆਪਾਂ ਤਾਂ ਕੀ ਕਰਨ ਵਾਲੇ ਹਾਂ ਉਹੀ ਕਰਾਉਣੇ ਵਾਲਾ ਵਾ ਪਰਮਾਤਮਾ ਗੱਡੀ ਲੈ ਲਈ ਹੁਣ ਦੇਖ ਲਓ ਚੰਡੀਗੜ੍ਹ ਰੋਡ 'ਤੇ ਐਨ ਚੀਕਾਂ ਕੱਢਦੀ ਜਾਂਦੀਆਂ ਨੇ ਯਾਰ ਹਰਿਆ ਇੰਨੀ ਕੰਫਰਟੇਬਲ ਲੱਗ ਰਹੀ ਆ ਉਹਨੀ ਮਸਟੈਂਗ ਵਾਂਗੂ ਉੱਠਦੀ ਨਹੀਂ ਹੈਗੀ ਹਾਲੇ ਵੈਸੇ ਇਹਦਾ ਜਿਹੜਾ ਮੋਡ ਆ ਉਹ ਵੀ ਦੂਜੇ ਹੀ ਪਾਇਆ ਹੋਇਆ ਪਤਾ ਨਹੀਂ ਕਿਹੜਾ ਮੋਡ ਆ ਉਹਨੇ ਜਿਹੜਾ ਸੈੱਟ ਕਰਕੇ ਦਿੱਤਾ ਜੀ ਹੋਈ ਆ ਸਪੋਰਟਸ ਮੋਡ ਨਹੀਂ ਹੈਗਾ ਇੰਨਾ ਪਤਾ ਲੱਗ ਰਿਹਾ ਵਾ ਪਰ ਐਨ ਬਾਹਰਲੀ ਗੱਡੀ ਵਾਲੀ ਫੀਲਿੰਗ ਆ ਰਹੀ ਆ ਆਟੋਮੈਟਿਕ ਪੈਟਰੋਲ ਫੁੱਲੀ ਲਾਈਕ ਇੰਨਾ ਵਧੀਆ ਇੰਟੀਰੀਅਰ ਆ ਜਿਹੜਾ ਕਲਸਟਰ ਗੇਜ ਆ ਸਪੀਡ ਦਿਖਾ ਰਿਹਾ ਵਾ ਸਾਰਾ ਕੁਛ ਬਾਹਲਾ ਜ਼ਿਆਦਾ ਸੋਹਣਾ ਲੱਗ ਰਿਹਾ ਵਾ ਡਰਾਈਵ ਕਰਨ ਦਾ ਨਜ਼ਾਰਾ ਆ ਰਿਹਾ ਹੁਣ ਤਾਂ ਅਸੀਂ ਗਾਣਾ ਬੰਦ ਕਰਕੇ ਗੱਲ ਕਰ ਰਹੇ ਹਾਂ ਪਰ ਪਹਿਲਾਂ ਅਸੀਂ ਮਿਊਜ਼ਿਕ ਵੀ FM ਔਨ ਕੀਤਾ ਹੋਇਆ ਸੀਗਾ ਸਭ ਤੋਂ ਪਹਿਲਾਂ ਆਪਾਂ ਗੱਡੀ ਦੇ ਵਿੱਚ ਸ਼ਬਦ ਹੀ ਲਾਇਆ ਜਦੋਂ ਬਲੂਟੁੱਥ ਕਨੈਕਟ ਕੀਤਾ ਹੌਲੀ ਕਰ ਲਈ ਹੌਲੀ ਬਾਬਾ ਜੀ ਨੇ ਪਹਿਲਾਂ ਮੋੜ ਤਾਂ ਆਪਣੇ ਐਂ ਕਾਹਦੇ ਕਰਦੇ ਆ ਪਹਿਲਾਂ ਐਂ ਰੋਡ 'ਤੇ ਪਾ ਕੇ ਫਿਰ ਪਿੱਛੇ ਦੇਖਣਗੇ ਪਹਿਲਾਂ ਪਿੱਛੇ ਦੇਖ ਕੇ ਬਾਬਾ ਜੀ ਲੇਨ ਚੇਂਜ ਕਰ ਰਹੇ ਸੀ ਨਾਲ ਦੀ ਨਾਲ ਪਿੱਛੇ ਦੇਖ ਰਹੇ ਸੀਗੇ ਹੁਣ ਜੀ ਆਪਾਂ ਗੁਰਦੁਆਰਾ ਸਾਹਿਬ ਰੁਕਾਂਗੇ ਉੱਥੇ ਮੱਥਾ ਟੇਕਾਂਗੇ ਵਾਹਿਗੁਰੂ ਜੀ ਦਾ ਸ਼ੁਕਰੀਆ ਕਰਾਂਗੇ ਅਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੀ ਤੁਹਾਡਾ ਵੀ ਕਿਤੇ ਨਾ ਕਿਤੇ ਹੱਥ ਆ ਸੋ ਥੈਂਕ ਯੂ ਸੋ ਮੱਚ ਫੋਰ ਯੂਅਰ ਸਪੋਰਟ ਤੁਹਾਡੇ ਬਿਨਾਂ ਇਹ ਸਾਰੀਆਂ ਚੀਜ਼ਾਂ ਪੋਸੀਬਲ ਨਹੀਂ ਸੀਗੀਆਂ ਅਤੇ ਬਸ ਥੈਂਕ ਯੂ ਨਾਲੇ ਇੱਕ ਹੋਰ ਗੱਲ ਸੀ ਵੀ ਗੱਡੀ ਮਿਲਣ ਦਾ ਸੀਗਾ ਨਹੀਂ ਪਰ ਰੱਬ ਨੇ ਇੱਦਾਂ ਦੀ ਅਸਾਰ ਬਣਾਏ ਕਿ ਐਨ ਵਧੀਆ ਹੈਲਪ ਕੀਤੀ ਪੂਰੀ ਸਾਰਾ ਕੁਛ ਹੋ ਗਿਆ ਇੰਤਜ਼ਾਮ ਜਿਹਾ ਹਾਂਜੀ ਹਾਂਜੀ ਹਾਂਜੀ
ਤੇ ਮਤਲਬ ਉਹੀ ਆ ਜੀ, ਸਾਡੀ ਇੱਕ ਵੀਡੀਓ ਪੈਂਦੀ ਆ, ਹੁਣ ਸਾਡੇ ਤੇ 10 ਵੀਡੀਓ ਪੈਂਦੀਆਂ ਨੇ। ਇੰਨੇ ਜੋਗੇ ਪਰਮਾਤਮਾ ਨੇ ਕਰਤਾ, ਇੰਨੇ ਜੋਗੇ ਸੀਗੇ ਨੀ। ਬਾਕੀ ਉਹਨਾਂ ਦੀਆਂ ਗੱਲਾਂ ਤੁਸੀਂ ਸਾਰੀਆਂ ਵੀਡੀਓਜ਼ ਵਗੈਰਾ ਦੇਖ ਸਕਦੇ ਹੋ। ਕਿੱਧਰ ਜਾਣਾ? ਇੱਧਰ ਹੀ ਜਾਣਾ ਹਾਂ, ਇੱਧਰ ਉੱਤੇ ਜਾਓ। ਤੇ ਤੁਸੀਂ ਸਾਰੀਆਂ ਵੀਡੀਓਜ਼ ਵਗੈਰਾ ਦੇਖ ਸਕਦੇ ਜੀ। ਕੋਈ ਕਹਿੰਦਾ ਸੀ ਗੱਡੀ ਨਹੀਂ ਲਿਆਉਣੀ ਆ ਪਰਮਾਤਮਾ ਨੇ, ਲਓ ਜੀ। ਇਹ ਤਾਂ ਇੱਦਾਂ ਜੀ, ਜਿਹੜੀ ਵਾਹਿਗੁਰੂ ਜੀ ਨੇ ਚੀਜ਼ ਤੁਹਾਡੇ ਕਰਮਾਂ 'ਚ ਲਿਖਤੀ, ਉਹ ਕੋਈ ਨਹੀਂ ਖੋ ਸਕਦਾ ਹੈਗਾ। ਤੇ ਹੁਣ ਜੋ ਤੁਹਾਡੇ ਕਰਮਾਂ 'ਚ ਜਿਹੜੇ ਬੋਲਦੇ ਆ ਉਹਨਾਂ ਨੇ ਨਹੀਂ ਲਿਖੀ, ਉਹਨਾਂ ਦੇ ਕਰਮਾਂ 'ਚ ਨਿੰਦਿਆ ਲਿਖੀ ਹੋਈ ਆ। ਹਾਂ, ਸੋ ਐਂਡ ਯੂ ਵਿਲ ਸੀ ਦਾ ਰਿਜ਼ਲਟ ਵੈਰੀ ਸੂਨ ਗਾਇਸ, ਡੋਂਟ ਵਰੀ। ਵਾਹਿਗੁਰੂ ਜੀ ਨੇ ਸਾਰਾ ਲੇਖਾ ਜੋਖਾ ਕੀਤਾ। ਤੇ ਬਾਕੀ ਨਜ਼ਾਰੇ ਨੇ ਜੀ, ਮਸਤੀ 'ਚ ਜਾ ਰਹੇ। ਇੱਕ ਸੜਕ ਬਹੁਤ ਖਾਲੀ ਆ ਨਾ ਲੋਕਡਾਊਨ ਕਰਕੇ, ਲੋਕਡਾਊਨ ਕਰਕੇ ਸੜਕ ਖਾਲੀ ਆ। ਪਿੱਛੇ ਬਰਾੜ ਸਾਹਿਬ ਟੱਕਰੀ ਆਉਂਦੇ ਨੇ, ਤੇ ਆਨੰਦ ਆ ਜੀ। ਬਸ ਬਸ ਹੁਣ ਤਾਂ ਸਾਰੇ ਦਾ ਆਪਾਂ ਥੋੜ੍ਹਾ ਜਿਹਾ ਮਿਊਜ਼ਿਕ ਸੁਣਦੇ ਜਾਂਦੇ ਹਾਂ, ਚਿੱਲ ਕਰਦੇ ਜਾਂਦੇ ਹਾਂ। ਇਹ ਤੋਂ ਵਧੀਆ ਕੀ ਹੋਊਗਾ, ਮੇਰਾ ਸਕਾ ਭਰਾ ਮੇਰੇ ਨਾਲ ਬੈਠਾ ਇੱਧਰਲੇ ਪਾਸੇ, ਹੈ ਨਾ। ਆਪਾਂ ਗੱਡੀ 'ਚ ਜਾ ਰਹੇ ਹਾਂ, ਕਦੇ ਸੋਚਿਆ ਨਹੀਂ ਸੀ, ਅਸੀਂ ਤਾਂ ਸਾਈਕਲਾਂ ਨੇ ਸੀਗੇ ਜੀ, ਅੱਜ ਗੱਡੀ ਜੋਗੇ ਕਰਤਾ ਪਰਮਾਤਮਾ ਨੇ। ਦਾਦਾ ਜੀ ਸਾਈਕਲ 'ਤੇ ਸੀ, ਡੈਡੀ ਸਕੂਟਰ 'ਤੇ, ਸਕੂਟਰ ਚਲਾਇਆ ਅੱਜ। ਤੇਰੇ ਸਾਈਕਲਾਂ ਨੇ ਗੱਡੀ ਜੋਗਾ ਕਰਤਾ, ਉਹ ਗਾਣਾ ਜਾਣੀ ਹੈਗਾ। ਤੂੰ ਸਾਈਕਲਾਂ 'ਤੇ ਗੱਡੀ ਹੈ ਨਾ, ਤਾਂ ਮੈਂ ਗੱਡੀ ਜੋਗਾ ਹੋ ਗਿਆ। ਸੋ ਡੈਡੀ ਉਹਨਾਂ ਨੇ ਸਾਡੇ ਲਈ ਕਾਫੀ ਕੁਛ ਕੀਤਾ। ਸੋ ਆਪਾਂ ਪਹੁੰਚ ਗਏ ਜੀ ਕਟਾਣਾ ਸਾਹਿਬ, ਕਰਦੇ ਥੋੜ੍ਹੇ ਹੀ ਦੂਰ ਰਹਿ ਗਿਆ ਹੁਣ। ਅਤੇ ਆਪਾਂ ਗੁਰੂ ਸਾਹਿਬ ਦਾ ਸ਼ੁਕਰੀਆ ਕਰਨ ਲਈ ਆਏ ਹਾਂ ਇੱਥੇ, ਵੀ ਉਹਨਾਂ ਨੇ ਵਧੀਆ ਕਿਰਪਾ ਕੀਤੀ, ਟਾਈਮ ਰਹਿੰਦੇ ਸਾਨੂੰ ਵਧੀਆ ਵਹੀਕਲ ਮਿਲਿਆ, ਅਤੇ ਵਧੀਆ ਹੀ ਰਹੇ ਸਾਡੇ ਲਈ, ਲੱਕੀ ਰਹੇ। ਜਿਵੇਂ ਕਹਿੰਦੇ ਹੁੰਦੇ ਨੇ ਵੀ ਲੋਹੇ ਦਾ ਚੱਕਰ ਹੁੰਦਾ ਵਾ, ਪੁਰਾਣੀਆਂ ਬੀਬੀਆਂ ਬਹੁਤ ਉਹ ਕਰਦੀਆਂ ਹੁੰਦੀਆਂ ਸੀਗੀਆਂ ਵੀ ਲੋਹਾ ਇਸ ਦਿਨ ਨਹੀਂ ਲੈ ਕੇ ਆਉਣਾ, ਇਸ ਦਿਨ ਨਹੀਂ ਲੈ ਕੇ ਆਉਣਾ, ਉਹਦਾ ਆਪਾਂ ਨੂੰ ਬੜਾ ਚੱਕਰ ਨਹੀਂ ਹੈਗਾ ਚਲੋ, ਬਟ ਫਿਰ ਵੀ। ਸੋ ਇਹ ਤੋਂ ਬਾਅਦ ਆਪਾਂ ਘਰੇ ਚੱਲਾਂਗੇ, ਪਹਿਲਾਂ ਆਪਾਂ ਇੱਥੇ ਮੱਥਾ ਟੇਕ ਲਈਏ, ਦੇਖ ਕਰਾ ਲਈਏ, ਗੁਰੂ ਸਾਹਿਬ ਦਾ ਸ਼ੁਕਰੀਆ ਕਰ ਲਈਏ, ਫਿਰ ਆਪਾਂ ਘਰੇ ਚੱਲਦੇ ਹਾਂ। ਮੈਂ ਤਾਂ ਇਹ ਨਹੀਂ ਪਤਾ ਵੀ ਗੱਡੀ ਕਿੱਥੇ ਲਾਉਣੀ, ਹਮੇਸ਼ਾ ਸਾਈਕਲ ਹੀ ਲਾਉਂਦੇ ਰਹੇ ਆ ਜਾਂ ਮੋਟਰਸਾਈਕਲ। ਉਹ ਸਾਹਮਣੇ ਹੀ ਲਾ ਦੀ ਭਾਰੀ ਸੀਗਾ ਸ਼ੁਕਰ ਆ, ਪੈਰ ਨੀ ਭਾਰੀ ਸੀ ਇੰਟੀਰੀਅਰ ਸਨਰੂਫ, ਇਹ ਗੱਡੀ ਨੇ ਸਾਰਾ ਕੁਛ ਪੂਰਾ ਕਰਤਾ। ਤੇ ਆਹਦੀਆਂ ਚਾਬੀਆਂ ਮਿਲੀਆਂ, ਚਲੋ ਆਪਾਂ ਅੰਦਰ ਮੱਥਾ ਟੇਕ ਕੇ ਆਉਂਦੇ ਹਾਂ ਜੀ। ਲਈ ਆਪਾਂ ਆਪਣੇ ਫੇਵਰੇਟ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ, ਕਟਾਣਾ ਸਾਹਿਬ। ਇੰਨਾ ਜ਼ਿਆਦਾ ਵਧੀਆ ਲੱਗ ਰਿਹਾ, ਖੁਸ਼ੀ ਜੀ ਹੋ ਰਹੀ ਆ ਅੰਦਰੋਂ, ਖੁਸ਼ੀ ਹੋ ਰਹੀ ਆ ਵੀ, ਐਂ ਲੱਗ ਰਿਹਾ ਵਧੀਆ ਚੀਜ਼ ਹੋਈ ਆ ਨਾ ਗੱਡੀ ਜੀ। ਹਾਂਜੀ ਵੀ ਗੱਡੀ ਲੈ ਲਈ, ਅਤੇ ਬੜਾ ਵਧੀਆ ਲੱਗ ਰਿਹਾ ਯਾਰ, ਘਰਦਿਆਂ ਨੇ ਇੰਨਾ ਕੁਛ ਕੀਤਾ ਸਾਡੇ ਵਾਸਤੇ, ਨਾ ਉਹ ਹੁਣ ਘਰਦਿਆਂ ਦੀ ਵਾਰੀ ਆ, ਉਹ ਹੁਣ ਗੱਡੀ ਗੁੱਡੀ 'ਚ ਘੁੰਮਣਗੇ। ਉਹਨਾਂ ਨੇ ਬੜਾ ਕੁਛ ਸੈਕਰੀਫਾਈਸ ਕੀਤਾ, ਅਸੀਂ ਬਾਹਰ ਪੜ੍ਹਦੇ, ਵਧੀਆ ਪੜ੍ਹਦੇ, ਗੱਡੀ ਤਾਂ ਪਹਿਲਾਂ ਵੀ ਲੈ ਸਕਦੇ ਸੀ, ਗੱਡੀ ਤਾਂ ਕਦੇ ਵੀ ਲੈ, ਬਟ ਉਹਨਾਂ ਨੇ ਸਾਡੇ ਕਰਕੇ ਨਹੀਂ ਦਿੱਤੀ ਹੈਗੀ ਵੀ ਸਾਡੇ ਜਵਾਕ ਪੜ੍ਹ ਜਾਣ। ਹਾਂਜੀ, ਇਹਨਾਂ ਨੂੰ ਕੋਈ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਕੋਈ ਵੀ ਪ੍ਰੋਬਲਮ ਨਾ ਆਵੇ ਫੀਸਾਂ ਫੂਸਾਂ ਦੇਣ ਨੂੰ। ਮੈਨੂੰ ਤਾਂ ਬੜਾ ਜ਼ਿਆਦਾ ਵਧੀਆ ਲੱਗ ਰਿਹਾ, ਖੁਸ਼ੀ, ਸੈਟੀਸਫੈਕਸ਼ਨ ਜੀ ਇੰਨੀ ਆ ਕਿ ਵੀ ਹਾਂ ਯਾਰ ਇੱਕ ਚੀਜ਼ ਜੀ ਹੋ ਗਈ, ਟਿੱਕ ਮੈਂ ਟਿੱਕ ਲੱਗ ਗਿਆ ਵੀ ਹਾਂ ਇੱਕ ਚੀਜ਼ ਹੋਰ ਹੋ ਗਈ। ਹੁਣ ਇਹਦੋਂ ਨੈਕਸਟ ਟਿੱਕ ਕਿਹਦੇ ਲਾਈਏ ਰਵੀ, ਆ ਪਰਮਾਤਮਾ ਨੇ ਅਸਲ 'ਚ ਟਿੱਕ ਆਪਾਂ ਨਹੀਂ ਲਾਏ, ਟਿੱਕ ਰੱਬ ਨੇ ਲਾਏ। ਚੀਜ਼ਾਂ ਸੋਚੀ ਨਹੀਂ ਯਾਰ, ਉਹ 2-3 ਸਾਲਾਂ 'ਚ ਵਾਹਿਗੁਰੂ ਜੀ ਨੇ ਹਨੇਰੀ ਉਹ ਲਿਆਉਂਦੀ ਪਈ ਹੈ, ਦੇ ਜਿਹੜੀ ਸੋਚਦੇ ਵੀ ਨਹੀਂ ਉਹ ਵੀ ਚੀਜ਼ ਹੋ ਜਾਂਦੀ ਆ। ਸੋ ਥੈਂਕ ਯੂ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਲਈ ਸੋ ਮੱਚ ਸ਼ੁਕਰਾਨਾ, ਹੈ ਨਾ। ਐਂਡ ਦੈਨ ਆਲ ਆਫ ਯੂ ਗਾਇਸ, ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰਦੇ ਹੋ, ਹੈ ਨਾ। ਅਤੇ ਗੁਰਦੁਆਰਾ ਸਾਹਿਬ 'ਚ ਕੋਈ ਸਬਸਕ੍ਰਾਈਬਰ ਸੀ, ਉਹ ਸੰਘੀ ਜਾਂਦੇ ਸੀ, ਉਹਨਾਂ ਨੇ ਬੁਲਾਇਆ ਨਹੀਂ ਹੈਗਾ, ਥੋੜ੍ਹਾ ਬਹੁਤਾ ਬੁਲਾਇਆ, ਦੇਖ ਹੀ ਜਾਂਦੇ ਸੀ, ਮਤਲਬ ਕਿ ਇੱਕ ਦੋ ਨੇ ਬੁਲਾਇਆ, ਅਤੇ ਅਸੀਂ ਹੀ ਸੀਗੇ ਉਹ, ਅਸੀਂ ਸੀ। ਅਤੇ ਬਰਾੜ ਸਾਹਿਬ ਨੂੰ ਰਾਸਤਾ ਨਹੀਂ ਪਤਾ, ਆਪਾਂ ਉੱਧਰਲੇ ਕੋਲ ਜਾਣਾ, ਬਰਾੜ ਸਾਹਿਬ ਨੂੰ ਦੱਸਣਾ ਪੈਣਾ। ਚੱਲਦੇ ਜੀ ਆਪਾਂ ਇਹ ਵੀਡੀਓ ਦਾ ਹੋਰ ਐਂਡ ਕਰਦੇ, ਹੁਣ ਆਪਾਂ ਸਿੱਧਾ ਘਰੇ ਚੱਲਦੇ ਹਾਂ, ਘਰਦਿਆਂ ਦੀ ਇੱਧਰ ਨੂੰ ਚੱਲਦੇ, ਫਾਜੀ ਸਾਹਿਬ ਘਰੇ ਨੇ, ਬਹਿ ਕੇ ਕਰ ਲਿਓ। ਅਤੇ ਆਪਾਂ ਹੁਣ ਚੱਲਦੇ ਹਾਂ ਜੀ ਘਰੇ, ਥੈਂਕ ਯੂ ਸੋ ਮੱਚ ਆਹ ਵੀਡੀਓ ਦੇਖਣ ਲਈ। ਪਤਾ ਨਹੀਂ ਕਿਵੇਂ ਦੀ ਬਣਾਈ ਹੋਊਗੀ, ਥੋੜ੍ਹੀ ਤਾਂ ਟੈਨਸ਼ਨ ਵੀ ਸੀਗੀ ਵੀ ਗੱਡੀ ਚਲਾ ਕੇ ਕਿਵੇਂ ਲੈ ਕੇ ਆਉਣੀ ਹੈ, ਇੱਧਰ ਇੰਡੀਆ 'ਚ ਬਾਹਲੀ ਚਲਾਈ ਨਹੀਂ ਹੈਗੀ। ਸੋ ਲਵ ਯੂ ਗਾਇਸ, ਕਈ ਦਿਨ ਹੋ ਗਏ ਸੀ ਗੱਡੀਆਂ ਵਾਲੀ ਵੀਡੀਓ ਚੱਲਦਿਆਂ ਨੂੰ, ਪਰਮਾਤਮਾ ਨੇ ਹੁਣ ਗੱਡੀ ਚੱਲੋ, ਹੁਣ ਗੱਡੀ ਚੱਲੂਗੀ, ਵੀਡੀਓ ਰੱਬ ਦੇ ਸਾਰੇ ਚੱਲੀ ਜਾਂਦੀਆਂ ਨੇ ਜੀ। ਲਵ ਯੂ ਗਾਇਸ, ਮਿਲਦਾ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਸਾਰਿਆਂ ਨੂੰ ਬਾਏ ਜੀ। ਅਤੇ ਤੁਸੀਂ ਬਹੁਤ ਸਾਰੇ ਕਮੈਂਟਸ ਕਰਨੇ, ਕੰਗਰੈਟਸ, ਥੈਂਕ ਯੂ ਸੋ ਮੱਚ। ਰਾਸਤਾ ਕੱਚਾ।
ਤੇ ਹੁਣ ਆਪਾਂ ਗਾਣੇ ਲੱਗ ਚੱਲ ਨਹੀਂ ਨਹੀਂ ਰਾਸਤਾ ਤਾਂ ਬਹੁਤ ਖਰਾਬ ਆ ਗੱਡੀ ਬਹੁਤ ਵਧੀਆ ਚੱਲ ਰਹੀ ਆ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ